ਤਾੜੀ ਦੇਣ ਖੁੱਲ ਕੇ। ਭੈਣ ਜੀ ਕਿੱਥੇ ਚੱਲੇ? ਘਰ ਨੂੰ ਚਲੋ ਜਾਓ, ਜਲਦੀ ਜਾਓ ਜਲਦੀ। ਪਤਾ ਲੱਗੇ ਬਾਅਦ 'ਚ ਭੈਣ ਜੀ ਦੇ ਘਰ ਵਾਲਾ ਮੈਨੂੰ ਫੋਨ ਕਰੋ, ਹੈਲੋ ਅੱਗੇ ਤੁਸੀਂ ਇੰਨਾ ਜ਼ਿਆਦਾ ਗਾਇਆ ਨਾ ਸਟੇਜ 'ਤੇ, ਮਾਰ ਮਾਰ ਕੇ ਪੌੜੀਆਂ ਪਾ ਦੂੰ ਤੇਰੇ ਮੈਂ। ਭੈਣ ਜੀ ਕਿੱਦਾਂ, ਤੁਸੀਂ ਠੀਕ ਹੋ? ਚਲੇ ਗਏ? ਹਾਂਜੀ ਜਿਹੜੀ ਹੈ ਨਾ, ਮੈਂ ਭੈਣ ਜੀ ਕਹਿੰਦੀ ਮੇਰੀ ਬੇਟੀ ਦੀ ਨਾ ਸ਼ਾਦੀ ਅਸੀਂ ਰੱਖੀ ਹੈ, ਪਰ ਆਹ ਜਿਹੜੀ 12 ਤਰੀਕ ਸੀ ਅਤੇ ਦੋਨੋਂ ਬੇਟੀਆਂ ਦਾ ਐਕਸੀਡੈਂਟ ਹੋ ਗਿਆ ਅਤੇ ਲੱਤਾਂ ਟੁੱਟ ਗਈਆਂ ਦੋਨਾਂ ਦੀਆਂ। ਅਤੇ ਭੈਣ ਜੀ ਹਿੰਮਤ ਨਹੀਂ ਹਾਰਨੀ, ਹਿੰਮਤ ਨਹੀਂ ਹਾਰਨੀ, ਹਿੰਮਤ ਬਿਲਕੁਲ ਨਹੀਂ ਹਾਰਨੀ, ਕਿਉਂਕਿ ਜਦੋਂ ਮੈਂ ਛੋਟਾ ਸੀ ਮੇਰੇ ਡੈਡੀ ਦਾ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਸੀ ਟਰੱਕ 'ਚ, ਮੇਰੇ ਪਾਪਾ ਦਾ ਮੋਟਰਸਾਈਕਲ ਵੱਜ ਗਿਆ ਸੀ ਬਿਲਕੁਲ ਆਹਮੋ ਸਾਹਮਣੇ, ਮੈਂ ਵੀ ਨਾਲ ਸੀ। ਕੋਈ ਗੱਲ ਨਹੀਂ, ਜਾਖੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਕੋਈ ਗੱਲ ਨਹੀਂ, ਠੀਕ ਹੋ ਜਾਣਾ। ਮੈਂ ਹੁਣੇ ਤੁਹਾਨੂੰ ਪੇਟ ਸੁਣਾ ਦੇਣੀ, ਮੈਂ ਤੈਨੂੰ ਦੁੱਖੜਾ ਸੁਣਾਇਆ, ਸਾਰੇ ਪੈਸੇ ਦੇ। ਹੋਰ ਕੁਛ ਵੀ ਚਾਹੀਦਾ ਹੋਵੇ ਸਾਨੂੰ ਤੁਸੀਂ ਹੁਕਮ ਕਰਨਾ, ਅਸੀਂ ਤੁਹਾਡੇ ਭਰਾ ਵਾਂ ਛੋਟੇ। ਕੋਈ ਗੱਲ ਨਹੀਂ, ਤੁਸੀਂ ਬੈਠੋ, ਤੁਹਾਨੂੰ ਭੇਟ ਸੁਣਾਉਣੀ। ਮੈਨੂੰ ਪਤਾ ਹੈ ਜਦੋਂ ਘਰ ਦੇ ਵਿੱਚ ਕਿਸੇ ਜੀ ਦਾ ਐਕਸੀਡੈਂਟ ਹੋ ਜਾਂਦਾ ਅਤੇ ਘਰ ਦੀ ਸਾਰੀ ਮਾਲੀ ਹਾਲਤ, ਘਰ ਦੀ ਸਾਰੀ ਸਥਿਤੀ ਵਿਗੜ ਜਾਂਦੀ। ਮੈਂ ਭੁਗਤਿਆਂ, ਮੈਂ ਇਸ ਚੀਜ਼ ਦੇ ਵਿੱਚੋਂ ਦੀ ਨਿਕਲਿਆ। ਮੇਰਾ ਜਦੋਂ ਮੇਰੇ ਪਿਓ ਦਾ ਐਕਸੀਡੈਂਟ ਹੋਇਆ ਸੀ, ਅਸੀਂ 5-6 ਸਾਲ ਲਗਾਤਾਰ ਹੋਸਪਿਟਲਾਂ 'ਚ ਹੀ ਗੁਜ਼ਾਰੇ, ਉੱਥੇ ਹੀ ਸੌਣਾ, ਉੱਥੇ ਹੀ ਖਾਣਾ, ਉੱਥੇ ਹੀ ਪੀਣਾ, ਉੱਥੇ ਹੀ ਨਹਾਉਣਾ। ਉੱਥੋਂ ਹੀ ਤਿਆਰ ਹੋ ਕੇ ਮੈਂ ਸਕੂਲ ਚਲੇ ਜਾਂਦਾ ਸੀ ਅਤੇ ਸਕੂਲੋਂ ਸਿੱਧਾ ਮੈਂ ਉੱਥੇ ਹੀ ਆ ਜਾਂਦਾ ਸੀ। ਬੜਾ ਸਟਰਗਲ ਸੀ। ਸਾਨੂੰ ਪਤਾ ਤੁਸੀਂ ਇਸ ਕੰਮ ਲਈ ਨਹੀਂ ਆਏ, ਬਟ ਤੁਸੀਂ ਤਾਂ ਆਪਣਾ ਦੁੱਖੜਾ ਸੁਣਾਉਣ ਆਏ ਆ। ਉਸ ਜੇ ਤੁਹਾਡੇ ਦੁੱਖ 'ਚ ਥੋੜ੍ਹਾ ਜਿਹਾ ਅਸੀਂ ਵੀ ਤੁਹਾਡਾ ਦੁੱਖ ਵੰਡਾ ਲਾਂਗੇ ਅਤੇ ਸਾਡੇ ਵੀ ਮਹਾਮਾਈ ਸ਼ਾਇਦ ਕਿਰਪਾ ਕਰ ਦੇਵੇ ਜੀ, ਕੋਈ ਨਹੀਂ। ਨਾਲੇ ਧੀ ਧਿਆਨੀ ਦਾ ਕੰਮ ਹੈ, ਇਹਦੇ 'ਚ ਤਾਂ ਵੱਧ ਚੜ੍ਹ ਕੇ ਸਾਰਿਆਂ ਨੂੰ ਹਿੱਸਾ ਪਾਉਣਾ ਹੀ ਚਾਹੀਦਾ, ਕੋਈ ਗੱਲ ਨਹੀਂ। ਥੈਂਕ ਯੂ ਜੀ, ਰੱਖ ਲਓ ਰੱਖ ਲਓ ਰੱਖ ਲਓ। ਭੈਣ ਜੀ ਇਹ ਕੋਈ ਤਰਸ ਖਾ ਕੇ ਨਹੀਂ ਤੁਹਾਨੂੰ ਦੇ ਰਹੇ ਅਸੀਂ ਪੈਸੇ, ਉਹ ਸਾਡੀ ਧੀ ਹੈ। ਪਤਾ ਕੀ ਚੱਕਰ ਹੈ, ਇਹ ਇਹ ਸਾਡੀਆਂ ਦੁਆਵਾਂ ਨੇ, ਪੈਸੇ ਨਹੀਂ, ਇਹ ਸਾਡੀਆਂ ਦੁਆਵਾਂ ਨੇ ਉਸ ਬੱਚੀ ਨੂੰ। ਪੈਸੇ ਅਸੀਂ ਦੇਣ ਜੋਗੇ ਕੌਣ? ਦੇਣ ਵਾਲਾ ਤਾਂ ਈਸ਼ਵਰ ਬੈਠਾ ਹੈ, ਅਸੀਂ ਤਾਂ ਕੁਛ ਵੀ ਨਹੀਂ। ਇਹ ਸਾਡੀਆਂ ਦੁਆਵਾਂ ਨੇ ਉਹਨਾਂ ਧੀਆਂ ਵਾਸਤੇ, ਭੈਣਾਂ ਵਾਸਤੇ। ਇਹ ਤੁਸੀਂ ਨਾ ਨਹੀਂ ਕਰਨੀ, ਇਹ ਤੁਸੀਂ ਲੈ ਕੇ ਜਾਣੀ। ਆਸ਼ੀਰਵਾਦ ਸਾਰੇ ਜਾਣੇ ਦੁਆ ਕਰਿਓ ਮਾਤਾ ਰਾਣੀ ਅੱਗੇ ਕਿ ਮੇਰੀਆਂ ਭਾਂਜੀਆਂ ਠੀਕ ਹੋ ਜਾਣ, ਮਾਲਕ ਉਹਨਾਂ ਨੂੰ ਤਰੱਕੀ ਦੇਵੇ ਅਤੇ ਉਹ ਜਲਦੀ ਜਲਦੀ ਠੀਕ ਹੋਣ। ਫਿਰ ਜਦੋਂ ਉਹਨਾਂ ਦਾ ਵਿਆਹ ਹੋਊਗਾ ਤੁਸੀਂ ਮੈਨੂੰ ਕਾਰਡ ਜ਼ਰੂਰ ਦੇ ਕੇ ਜਾਣਾ, ਮੈਂ ਜ਼ਰੂਰ ਆਊਂਗਾ, ਮੈਂ ਬਿਲਕੁਲ ਆਪਣਾ ਨੰਬਰ ਦੇਵਾਂਗਾ ਤੁਹਾਨੂੰ, ਹੁਣੇ ਹੀ ਦੇਵਾਂਗਾ ਹੁਣੇ। ਓਏ ਕੀ ਨਾਂ ਤੇਰਾ? ਜਸਮ। ਨੰਬਰ ਮੇਰਾ, ਮੇਰਾ ਪਰਸਨਲ ਨੰਬਰ ਭੈਣ ਜੀ ਹੁੰਦੇ, ਤੁਸੀਂ ਜ਼ਰੂਰ ਮੈਨੂੰ ਫੋਨ ਕਰਨਾ, ਠੀਕ ਹੈ? ਉਹਨਾਂ ਦੇ ਵਿਆਹ ਵਾਸਤੇ ਜਦੋਂ ਵਿਆਹ ਹੋਊਗਾ ਉਹਨਾਂ ਦੋਨਾਂ ਦਾ, ਮੈਨੂੰ ਜ਼ਰੂਰ ਬੁਲਾਉਣਾ। ਇਹ ਦਰਬਾਰ ਐਸਾ ਦਰਬਾਰ ਹੈ, ਇੱਥੇ ਜਿਹੜਾ ਵੀ ਫਰਿਆਦ ਲੈ ਕੇ ਆਉਂਦਾ ਉਹਦੀ ਮਾਂ ਫਰਿਆਦ ਜ਼ਰੂਰ ਸੁਣਦੀ। ਗੱਲ ਪੈਸਿਆਂ ਧੇਲਿਆਂ ਦੀ ਨਹੀਂ। ਕਈ ਵਾਰੀ ਮੈਂ ਦੇਖਦਾ ਕਟੜੇ ਮਾਤਾ ਵੈਸ਼ਨੋ ਦੇਵੀ ਚਿੰਤਾਪੁਰਨੀ, ਕਈ ਬੰਦੇ ਆਉਂਦੇ ਉਹ ਕਰੋੜਾਂ ਰੁਪਏ ਉੱਦਾਂ ਹੀ ਚੜ੍ਹਾ ਜਾਂਦੇ, ਉਹਨਾਂ ਦਾ ਨਾਮ ਹੀ ਨਹੀਂ ਉੱਥੇ ਲਿਖਿਆ ਹੁੰਦਾ। ਅਤੇ ਕਈ ਜਿਹੜੇ ਸਾਡੇ ਅੱਗੇ ਜਿਨ੍ਹਾਂ ਨੂੰ ਪੈਸਾ ਬਹੁਤ ਚੜ੍ਹਿਆ ਹੁੰਦਾ, ਉਹ ਉੱਥੇ ਇੱਕ ਜਦੋਂ ਪਲੇਟ ਵੀ ਜਾਂਦੇ, ਆਹ ਲਾ ਦਿਓ ਇੱਥੇ ਮੇਰਾ ਨਾਂ ਲਿਖਿਆ, ਮੇਰੇ ਭਾਪੇ ਦਾ ਵੀ ਨਾਂ ਲਿਖਿਆ। ਜਿਹੜਾ ਗੁਪਤਦਾਨ ਮਹਾ ਗੱਲ ਤਾਂ ਉਹ ਹੀ ਦਿੰਦਾ, ਉਹ
ਉਹ ਵੀ ਦਿੰਦਾ ਜੀ, ਉਹਦੇ ਤੋਂ ਬਿਨਾਂ ਹੋਰ ਕੋਈ ਦੇਣ ਵਾਲਾ ਕੋਈ ਨਹੀਂ, ਪਾਲਣ ਵਾਲਾ ਕੋਈ ਨਹੀਂ, ਉਹ ਹੀ ਹੈ ਅਤੇ ਜਾਂ ਮਾਂ ਪਿਓ ਨੇ, ਬਸ। ਮਿਹਰਬਾਨੀ ਭੈਣ ਜੀ, ਥੈਂਕ ਯੂ ਜੀ, ਖੁਸ਼ ਰਹੋ।